ਵਧਦੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਦੀ ਜੇਬ ਨੂੰ ਇੱਕ ਹੋਰ ਝਟਕਾ। ਸਤਿ ਸ਼੍ਰੀ ਅਕਾਲ, ਮੈਂ ਗੁਰਲੀਨ ਕੌਰ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਮਹਿੰਗੀਆਂ ਹੋ ਚੁੱਕੀਆਂ ਹਨ। ਜੀ ਹਾਂ, ਹੁਣ ATF ਦੀ ਕੀਮਤ ਵੀ ਮਹਿੰਗੀ ਹੋ ਚੁੱਕੀ ਹੈ। ATF ਦੀ ਕੀਮਤ ਵਿੱਚ 3.2% ਵਾਧਾ ਆਇਆ ਹੈ ਤੇ ਇਹ ਵਾਧਾ ਇਸੇ ਸਾਲ ਵਿੱਚ 9ਵੀਂ ਵਾਰ ਆਇਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ATF ਦੀ ਕੀਮਤਾਂ ਵਿੱਚ ਵਾਧਾ ਇਸੇ ਸਾਲ ਵਿੱਚ 9ਵੀਂ ਵਾਰ ਆਇਆ ਹੈ ਤੇ ਇਸ ਸਾਲ ਨੂੰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਸ਼ੁਰੂ ਹੋਏ ਹਜੇ ਕੁਝ 4 ਮਹੀਨੇ ਹੀ ਹੋਏ ਹਨ ਤੇ ਇਹਨਾਂ 4 ਮਹੀਨਿਆਂ ਵਿੱਚ ਹੀ ATF ਦੇ ਕੀਮਤ ਵਿੱਚ 9ਵੀਂ ਵਾਰ ਵਾਧਾ ਆ ਚੁੱਕਿਆ ਹੈ ਤੇ ਹੁਣ ਜਿਵੇਂ ਕਿ ਆਮ ਇਨਸਾਨਾਂ ਨੂੰ ਹਵਾਈ ਸਫ਼ਰ ਕਰਨ ਲੱਗੇ ਸੋਚਣਾ ਪਏਗਾ। ਕੋਈ ਵੀ ਇਨਸਾਨ ਹੁਣ ਹਵਾਈ ਸਫ਼ਰ ਕਰਨ ਲੱਗੇ 100 ਵਾਰ ਸੋਚੇਗਾ ਕਿਉਂਕਿ ਹੁਣ ਹਵਾਈ ਸਫ਼ਰ ਦੀਆਂ ਕੀਮਤਾਂ ਮਹਿੰਗੀਆਂ ਹੋ ਚੁੱਕੀਆਂ ਹਨ ਤੇ ਜੇਕਰ ਕੋਈ ਹਵਾਈ ਸਫ਼ਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 3649 ਰੁਪਏ ਪ੍ਰਤੀ ਕਿਲੋਮੀਟਰ ਵੱਧ ਦੇਣਾ ਪਏਗਾ। ਜੀ ਹਾਂ, ਹੁਣ ATF ਦੀ ਕੀਮਤਾਂ ਵਿੱਚ ਵਾਧਾ ਹੋ ਚੁੱਕਿਆ ਹੈ ਜਿਸ ਦੇ ਕਾਰਨ ਹਵਾਈ ਸਫ਼ਰ ਕਰਨਾ ਵੀ ਆਸਾਨ ਨਹੀਂ ਰਿਹਾ। ਵੱਧਦੀ ਮਹਿੰਗਾਈ ਕਾਰਨ ਜਿੱਥੇ ਲੋਕ ਪਹਿਲਾਂ ਹੀ ਬਹੁਤ ਪਰੇਸ਼ਾਨ ਸਨ ਤਾਂ ਉੱਥੇ ਹੀ ਵੱਧਦੀਆਂ ਹਵਾਈ ਸਫ਼ਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ATF ਦੀਆਂ ਕੀਮਤਾਂ ਵਿੱਚ ਵਾਧਾ ਹੋ ਚੁੱਕਿਆ ਹੈ ਤੇ ਪਰ ਸਰਕਾਰ ਵੱਲੋਂ ਵੱਧਦੀ ਮਹਿੰਗਾਈ ਉੱਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ ਤੇ ਲੋਕ ਦਿਨ ਪਰ ਦਿਨ ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਹੋ ਰਹੇ ਹਨ। ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨ। ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਦੀ ਜੇਬ ਨੂੰ ਇੱਕ ਹੋਰ ਝਟਕਾ। ਸਤਿ ਸ਼੍ਰੀ ਅਕਾਲ, ਮੈਂ ਗੁਰਲੀਨ ਕੌਰ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ। ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਮਹਿੰਗੀਆਂ ਹੋ ਚੁੱਕੀਆਂ ਹਨ। ਜੀ ਹਾਂ, ਹੁਣ ATF ਦੀ ਕੀਮਤ ਵੀ ਮਹਿੰਗੀ ਹੋ ਚੁੱਕੀ ਹੈ। ATF ਦੀ ਕੀਮਤ ਵਿੱਚ 3.2% ਵਾਧਾ ਆਇਆ ਹੈ ਤੇ ਇਹ ਵਾਧਾ ਇਸੇ ਸਾਲ ਵਿੱਚ 9ਵੀਂ ਵਾਰ ਆਇਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ATF ਦੀ ਕੀਮਤਾਂ ਵਿੱਚ ਵਾਧਾ ਇਸੇ ਸਾਲ ਵਿੱਚ 9ਵੀਂ ਵਾਰ ਆਇਆ ਹੈ ਤੇ ਇਸ ਸਾਲ ਨੂੰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਸ਼ੁਰੂ ਹੋਏ ਹਜੇ ਕੁਝ 4 ਮਹੀਨੇ ਹੀ ਹੋਏ ਹਨ ਤੇ ਇਹਨਾਂ 4 ਮਹੀਨਿਆਂ ਵਿੱਚ ਹੀ ATF ਦੇ ਕੀਮਤ ਵਿੱਚ 9ਵੀਂ ਵਾਰ ਵਾਧਾ ਆ ਚੁੱਕਿਆ ਹੈ ਤੇ ਹੁਣ ਜਿਵੇਂ ਕਿ ਆਮ ਇਨਸਾਨਾਂ ਨੂੰ ਹਵਾਈ ਸਫ਼ਰ ਕਰਨ ਲੱਗੇ ਸੋਚਣਾ ਪਏਗਾ। ਕੋਈ ਵੀ ਇਨਸਾਨ ਹੁਣ ਹਵਾਈ ਸਫ਼ਰ ਕਰਨ ਲੱਗੇ 100 ਵਾਰ ਸੋਚੇਗਾ ਕਿਉਂਕਿ ਹੁਣ ਹਵਾਈ ਸਫ਼ਰ ਦੀਆਂ ਕੀਮਤਾਂ ਮਹਿੰਗੀਆਂ ਹੋ ਚੁੱਕੀਆਂ ਹਨ ਤੇ ਜੇਕਰ ਕੋਈ ਹਵਾਈ ਸਫ਼ਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 3649 ਰੁਪਏ ਪ੍ਰਤੀ ਕਿਲੋਮੀਟਰ ਵੱਧ ਦੇਣਾ ਪਏਗਾ। ਜੀ ਹਾਂ, ਹੁਣ ATF ਦੀ ਕੀਮਤਾਂ ਵਿੱਚ ਵਾਧਾ ਹੋ ਚੁੱਕਿਆ ਹੈ ਜਿਸ ਦੇ ਕਾਰਨ ਹਵਾਈ ਸਫ਼ਰ ਕਰਨਾ ਵੀ ਆਸਾਨ ਨਹੀਂ ਰਿਹਾ। ਵੱਧਦੀ ਮਹਿੰਗਾਈ ਕਾਰਨ ਜਿੱਥੇ ਲੋਕ ਪਹਿਲਾਂ ਹੀ ਬਹੁਤ ਪਰੇਸ਼ਾਨ ਸਨ ਤਾਂ ਉੱਥੇ ਹੀ ਵੱਧਦੀਆਂ ਹਵਾਈ ਸਫ਼ਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ATF ਦੀਆਂ ਕੀਮਤਾਂ ਵਿੱਚ ਵਾਧਾ ਹੋ ਚੁੱਕਿਆ ਹੈ ਤੇ ਪਰ ਸਰਕਾਰ ਵੱਲੋਂ ਵੱਧਦੀ ਮਹਿੰਗਾਈ ਉੱਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ ਤੇ ਲੋਕ ਦਿਨ ਪਰ ਦਿਨ ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਹੋ ਰਹੇ ਹਨ। ਇਸੇ ਤਰ੍ਹਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨ।